ਕਿਹਾ ਜਾਂਦਾ ਹੈ ਕਿ ਚੈਨ ਦੀ ਨੀਂਦ ਤੋਂ ਵੱਡਾ ਸੁੱਖ ਕੋਈ ਨਹੀਂ ਹੈ। ਵੈਸੇ ਹਰ ਸ਼ਖਸ ਨੂੰ 24 ਘੰਟੇ ਵਿੱਚੋਂ 7 ਤੋਂ 8 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੁੰਦਾ ਹੈ, ਪਰੰਤੂ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਦਾ ਇੱਕ ਸ਼ਖਸ ਸਾਲ ਵਿੱਚ 300 ਦਿਨ ਸੌਂਦਾ ਹੈ, ਜਿਸ ਵਜ੍ਹਾ ਨਾਲ ਇਸ ਸ਼ਖਸ ਨੂੰ ਲੋਕ ਕੁੰਭਕਰਨ ਕਹਿੰਦੇ ਹਨ। ਇੱਕ ਰਿਪੋਰਟ ਦੇ ਮੁਤਾਬਕ ਇਹ ਮਾਮਲਾ ਨਾਗੌਰ ਜ਼ਿਲ੍ਹੇ ਦੇ ਭਾਦਵਾਂ ਪਿੰਡ ਦਾ ਹੈ, ਜਿੱਥੋਂ ਦੇ ਰਹਿਣ ਵਾਲੇ 42 ਸਾਲ ਦੇ ਪੁਰਖਾ ਰਾਮ ਦੁਰਲਭ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ। ਇਸ ਬਿਮਾਰੀ ਦੇ ਚਲਦਿਆਂ ਇੱਕ ਵਾਰ ਸੋ ਜਾਣ ਤੋਂ ਬਾਅਦ ਪੁਰਖਾ ਰਾਮ ਕਈ ਦਿਨਾਂ ਤੱਕ ਉੱਠ ਨਹੀਂ ਸਕਦੇ। ਇੱਥੋਂ ਤੱਕ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਜਗਾਉਣ ਲਈ ਕਾਫੀ ਪਾਪੜ ਵੇਲਣੇ ਪੈਂਦੇ ਹਨ। ਪੁਰਖਾ ਰਾਮ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਇੱਕ ਵਾਰ ਸੌਣ ਤੋਂ ਬਾਅਦ 25 ਦਿਨ ਤੱਕ ਨਹੀਂ ਉੱਠਦੇ। ਇਸ ਦੀ ਸ਼ੁਰੂਆਤ 23 ਸਾਲ ਪਹਿਲਾਂ ਹੋਈ ਸੀ। ਸ਼ੁਰੂਆਤੀ ਦੌਰ ਵਿੱਚ ਪੁਰਖਾ ਰਾਮ 5 ਤੋਂ 7 ਦਿਨਾਂ ਦੇ ਲਈ ਸੌਂਦੇ ਰਹੇ, ਲੇਕਿਨ ਉਹਨਾਂ ਨੂੰ ਉਠਾਉਣ ਵਿੱਚ ਕਾਫੀ ਪਰੇਸ਼ਾਨੀ ਹੁੰਦੀ ਸੀ। ਇਸ ਲਈ ਉਹਨਾਂ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ, ਪਰੰਤੂ ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਵਕਤ ਦੇ ਨਾਲ ਪੁਰਖਾ ਰਾਮ ਦੀ ਸਮੱਸਿਆ ਵਧਦੀ ਗਈ, ਮਤਲਬ ਹੌਲੀ ਹੌਲੀ ਉਹਨਾਂ ਦੀ ਸੌਣ ਦੀ ਸਮੱਸਿਆ ਵਧਦੀ ਗਈ। ਹੁਣ ਤਾਂ ਪੁਰਖਾ ਰਾਮ ਕਈ ਵਾਰ 25 ਦਿਨਾਂ ਤੱਕ ਸੌਂਦੇ ਰਹਿੰਦੇ ਹਨ। ਡਾਕਟਰ ਇਸ ਨੂੰ ਦੁਰਲਭ ਬਿਮਾਰੀ ਕਹਿੰਦੇ ਹਨ। ਪਰਿਵਾਰ ਵਾਲਿਆਂ ਨੂੰ ਉਹਨਾਂ ਦੀ ਇਸ ਬਿਮਾਰੀ ਕਾਰਨ 2-4 ਹੋਣਾ ਪੈ ਰਿਹਾ ਹੈ। ਕੁਝ ਰਿਪੋਰਟਾਂ ਮੁਤਾਬਕ ਇਸ ਅਨੋਖੀ ਬਿਮਾਰੀ ਦਾ ਨਾਮ ਹਾਈਪਰਸੋਮਨੀਆ ਦੱਸਿਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਸਹੀ ਨਹੀਂ ਹੈ ਕਿ ਉਹ ਹੁਣ ਕਦੀ ਵੀ ਠੀਕ ਨਹੀਂ ਹੋਣਗੇ, ਬਸ ਉਹਨਾਂ ਨੂੰ ਇੱਕ ਬਿਹਤਰ ਇਲਾਜ ਦੀ ਜ਼ਰੂਰਤ ਹੈ। ਬਹੁਤ ਹੀ ਬਿਲੀਅਨਸ ਕੇਸਿਸ ਮੇਂ ਇੱਕ ਕੇਸ ਐਸਾ ਮਿਲਤਾ ਹੈ। ਮੇਨਲੀ ਇਸਕਾ ਕੌਜ ਸਾਈਕੋਲੋਜੀਕਲ ਹੈ। ਬਾਕੀ ਯਦੀ ਕੋਈ ਪੁਰਾਣਾ ਟਿਊਮਰ ਜਾਂ ਬ੍ਰੇਨ ਇੰਜਰੀ ਜਾਂ ਹੈਡ ਇੰਜਰੀ ਰਹੀ ਹੋ, ਉਸਮੇਂ ਵੀ ਇਹ ਕੇਸਿਸ ਮੇਂ ਹੋ ਸਕਤਾ ਹੈ। ਔਰ ਸੈਕਿੰਡ ਕੇਸਿਸ ਇਸਮੇਂ ਕੋਈ ਡਰੱਗ ਐਡਿਊਸਡ ਜਾਂ ਅਲਕੋਹਲ ਜਾਂ ਕੋਈ ਅਦਰ ਡਰੱਗ ਲੈਂਦਾ ਹੈ, ਮੈਡੀਸਿਨ ਲੈਂਦਾ ਹੈ, ਉਸਮੇਂ ਵੀ ਇਹ ਕੇਸਿਸ ਹੋ ਸਕਤੇ ਹੈ। ਤੋ ਮੇਨਲੀ ਜੋ ਕੇਸਿਸ ਅੱਜ ਤੱਕ ਦੇਖੇ ਗਏ ਹੈ ਜੋ ਬੁੱਕਸ ਮੇਂ ਜਾਂ ਆਰਟੀਕਲਸ ਮੇਂ ਹੈ, ਉਹ ਸਾਈਕੋਲੋਜੀਕਲ ਕੇਸਿਸ ਹੈ। ਇਹ ਟ੍ਰੀਟਮੈਂਟ ਸੰਭਵ ਹੈ। ਪਹਿਲੇ ਤਾਂ ਇਸਕਾ ਰੋਲ ਆਊਟ ਕੀਆ ਜਾਏ ਕਿ ਇਹ ਕੇਸ ਕਿਉਂ ਹੈ, ਉਸਕਾ ਡਾਇਗਨੋਸਿਸ ਬਣਾ ਕੇ, ਔਰ ਜੋ ਵੀ ਕੇਸਿਸ ਹੈ ਹਾਈਪਰਸੋਮਨੀਆ ਕੇ, ਦੇ ਆਰ ਟ੍ਰੀਟੇਬਲ ਔਰ ਇਨਕੋ ਟ੍ਰੀਟ ਕੀਆ ਜਾ ਸਕਦਾ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ